हेलो, सत श्री अकाल जी सारिआं नूं। अज असीं बनाउण लगे हां जी करेले दी सब्जी। ते करेले आपां लए ने, इन्ने सारे करेले ने इह। इहनां नूं मैं छिल्लिआ सीगा दुपहरे, क्योंकि अज धुप्प सीगी ते मैं इहनां नूं पील करके जिहड़ा छिलका बचिआ सीगा इहनूं ते करेलिआं नूं चंगी तरहां नमक लाता सीगा। इहनां दे उप्पर वी ते विच वी नमक ला के रखता सीगा, इहदे च वी थोड़ा जिहा नमक लाता सीगा। उस तों बाद जदों घंटा कु इहनां नूं बाहर रखिआ ते सॉफ्ट हो गए बिल्कुल। पहला ये कड़े कड़े होंगे ने, तो हूँ जमा सॉफ्ट हो गए। इन्हों अंदर लिया के फिर पानी नाल धोता, जिहड़ा भी जिवें, क्योंकि एक्सट्रा सॉल्ट हों अपन फिर सब्जी ज़्यादा हो जाता अपन धोना, मैं फिर तां करके धोता। जे अपन नहीं, कई लोग नहीं भी लाते तो फिर तो जरूरत ही नहीं होंगी धोन धून की। इन्हों पहला धो लिया एक बार छिलन तो, मैं बस वो फिर सारा जो एक्सट्रा सॉल्ट से और रिमूव करता, वॉश कर लिया, ये भी वॉश कर ली। तो यदि आप भुर्जी बनावे प्याज पा के, ते करेलिया नूं आपां मसाला बिच भर के बनावांगे। ते उहदे लई मैं जिहड़ा मटीरियल लिया बिच पाउण नूं, थोड़ा जिहा लिया मैं गार्लिक इन्ना सारा, ते प्याज मेरे कोल काफ़ी वड्डे साइज़ दे सीगे, ते आह सब तों वड्डा, ते दो तकरीबन इदों थोड़ा छोटा, उस तों भी छोटा, इन्ने क तिन्न मैं प्याज लए इहदे च, ते दो आह साइज़ दे टमाटर सीगे, मैं दो लए इह। इहनूं मैं थोड़ा जिहा रख लिया, मैं कहा जे ज़्यादा होया तां फिर इहनूं रहिण दांगे, ते देख के हिसाब नाल पा लांगे। ਤੇ ਚਲੋ ਜੀ, ਹੁਣ ਮੈਂ ਪਿਆਜ਼ ਕੱਟ ਕੇ ਤੇ ਤੁਹਾਡੇ ਨਾਲ ਸਾਰੀ ਰੈਸਪੀ ਸ਼ੇਅਰ ਕਰਦੀ ਹਾਂ ਵੀ ਕਿਵੇਂ ਕਿਵੇਂ ਮੈਂ ਇਹਨੂੰ ਬਣਾਉਂਗੀ। ਹਾਂਜੀ, ਆਪਾਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਪੈਨ 'ਚ ਮੈਂ, ਤੇ ਮੈਂ ਸਰੋਂ ਦਾ ਤੇਲ ਲਿਆ ਇੱਥੇ, ਤੇ ਇਹਨੂੰ ਮੈਂ ਚੰਗੀ ਤਰ੍ਹਾਂ ਕਲਕਾ ਕੇ ਗਰਮ ਕਰ ਲਿਆ। ਤੇ ਮੈਂ ਨਾ ਹੁਣ ਕਰੇਲੇ ਵਿੱਚ ਪਾ ਦੂੰਗੀ, ਤੇ ਮੈਨੂੰ ਲੱਗਦਾ ਵੀ ਤੇਲ ਥੋੜ੍ਹਾ ਘੱਟ ਹੈ, ਸਰੋਂ ਦਾ ਤੇਲ ਖਤਮ ਹੋ ਗਿਆ ਬਸ ਆਹੀ ਸੀਗਾ। ਤੇ ਚਲੋ ਟੇਸਟ ਤਾਂ ਥੋੜ੍ਹਾ ਬਹੁਤ ਦਊਗਾ ਹੀ ਇਹ, ਜੇ ਘੱਟ ਲੱਗਿਆ ਤਾਂ ਫਿਰ ਆਪਾਂ ਜਿਹੜਾ ਕੁਕਿੰਗ ਆਇਲ ਹੁੰਦਾ ਸਿੰਪਲ, ਤੇ ਉਹ ਪਾ ਦਾਂਗੇ। ਤੇ ਹੁਣ ਮੈਂ ਕਰੇਲੇ ਐਡ ਕਰਨ ਲੱਗੀ ਆ, ਪਹਿਲਾਂ ਬਿਲਕੁਲ ਖਾਲੀ ਜਿਵੇਂ ਧੋ ਕੇ ਜਦੋਂ ਆਪਾਂ ਡਰਾਈ ਕਰ ਲਏ ਸੀਗੇ, ਤੇ ਬਸ ਹੁਣ ਇਹਨਾਂ ਨੂੰ ਤੇਲ 'ਚ ਤਲ ਲੈਂਦੇ ਹਾਂ, ਕਿਉਂਕਿ ਦੂਜਾ ਤੇਲ ਨੋਰਮਲ ਕੁਕਿੰਗ ਆਇਲ ਤਾਂ ਆਪਾਂ ਨੂੰ ਕਲਕਾਉਣ ਦੀ ਲੋੜ ਨਹੀਂ ਹੁੰਦੀ, ਕਿ ਸਰੋਂ ਦਾ ਆਪਾਂ ਕਲਕਾ ਕੇ ਪਾਉਂਦੇ ਹੁੰਦੇ ਹਾਂ, ਤੇ ਉਹ ਤਾਂ ਬਾਅਦ 'ਚੋਂ ਵੀ ਐਡ ਹੋ ਜੂਗਾ। ਥੋੜ੍ਹਾ ਜਿਹਾ ਘੱਟ ਲੱਗਿਆ ਕਿਉਂਕਿ ਤੇਲ ਕਰੇਲੇ ਪੀ ਜਾਂਦੇ ਥੋੜ੍ਹਾ ਥੋੜ੍ਹਾ, ਪਹਿਲਾਂ ਇਹਨਾਂ ਨੂੰ ਇੰਨੀ ਕੁ 'ਚ ਬਣਾ ਕੇ ਦੇਖਦੇ ਹਾਂ, ਬਣੀ ਜਾਣਗੇ ਵੈਸੇ ਤਾਂ, ਥੋੜ੍ਹਾ ਬਹੁਤ ਹੀ ਐਡ ਹੋਊਗਾ ਹੋਰ। ਇਹਨਾਂ ਨੂੰ ਹੁਣ ਆਪਾਂ ਕੁੱਕ ਕਰ ਲਾਂਗੇ ਜਦੋਂ ਇਹ ਫਰਾਈ ਹੋ ਗਏ, ਅਤੇ ਫਿਰ ਆਪਾਂ ਮਸਾਲਾ ਤਿਆਰ ਕਰਦੇ ਹਾਂ ਦੂਜੇ ਪਾਸੇ, ਪਿਆਜ਼ ਦਾ ਜਿਹੜਾ ਆਪਾਂ ਬਣਾਇਆ ਸਾਰਾ। ਹਾਂਜੀ, ਇੱਧਰ ਆਪਾਂ ਪਿਆਜ਼ ਦਾ ਜਿਹੜਾ ਮਸਾਲਾ ਉਹ ਤਿਆਰ ਕਰਾਂਗੇ, ਇਹ 'ਚ ਮੈਂ ਕੁਕਿੰਗ ਓਇਲ ਪਾ ਲਿਆ, ਖੁੱਲ੍ਹਾ ਜਿਹਾ ਪਾ ਲਾਂਗੇ ਕਿਉਂਕਿ ਪਿਆਜ਼ ਕਾਫ਼ੀ ਜ਼ਿਆਦਾ ਹੈ, ਫਿਰ ਚੰਗੀ ਤਰ੍ਹਾਂ ਭੁੱਜਦਾ ਨਹੀਂ ਹੈਗਾ ਪਿਆਜ਼, ਜੇ ਤੇਲ ਘੱਟ ਹੋਏ ਵਿੱਚ। ਅਤੇ ਜਿਹੜਾ ਆਪਣੇ ਕੋਲ ਲਸਣ ਸੀ ਉਹ ਕੁੰਡੇ 'ਚ ਕੁੱਟ ਕੇ, ਥੋੜ੍ਹਾ ਜਿਹਾ ਮੇਰੇ ਕੋਲ ਅਦਰਕ ਵੀ ਪਿਆ ਸੀਗਾ, ਇੰਚ ਕੁ ਦਾ ਪੀਸ ਸੀਗਾ, ਅਤੇ ਉਹ ਮੈਂ ਵਿੱਚ ਹੀ ਪਾ ਕੇ ਰਗੜਤਾ ਸੀਗਾ, ਅਤੇ ਟੇਸਟੀ ਵਧੀਆ ਲੱਗੂਗਾ ਉਹਦਾ, ਫਿਰ ਮੈਂ ਵਿੱਚ ਪਾ ਤਾ ਉਹਦੇ। ਪਹਿਲਾਂ ਮੈਂ ਪਹਿਲਾਂ ਲਸਣ ਲਿਆ ਸੀਗਾ, ਮੈਂ ਕਿਹਾ ਚਲੋ ਪਾ ਦਿੰਦੇ ਹਾਂ ਜਿਹੜਾ ਪਿਆ ਹੈ। ਹੁਣ ਇਹਦੇ 'ਚ ਪਿਆਜ਼ ਐਡ ਕਰਦੇ ਹਾਂ ਜੀ ਤੇਲ 'ਚ, ਪਿਆਜ਼ ਦੇ ਵਿੱਚ ਕਿਉਂਕਿ ਪਿਆਜ਼ ਜ਼ਿਆਦਾ ਆ, ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਸਾਲਟ ਐਡ ਕਰ ਦਾਂਗੇ, ਫਿਰ ਕਹਿੰਦੇ ਆ ਵੀ ਛੇਤੀ ਕੁੱਕ ਹੋ ਜਾਂਦਾ ਅਤੇ ਸੌਫਟ ਹੋ ਜਾਂਦਾ, ਕਹਿੰਦੇ ਪਾਣੀ ਪੂਣੀ ਜਿਹੜਾ ਹੁੰਦਾ ਛੱਡ ਦਿੰਦਾ ਫਿਰ ਨਮਕ ਦੇ ਨਾਲ, ਅਤੇ ਫਿਰ ਕੁੱਕ ਵੀ ਛੇਤੀ ਹੋ ਜਾਂਦੀ ਆ ਪਿਆਜ਼, ਅਤੇ ਨਾਲੇ ਜੀਰਾ ਪਾ ਦਿੰਦੇ ਹਾਂ ਇਹਦੇ 'ਚ, ਅਤੇ ਨਾਲੇ ਨਮਕ ਪਾ ਦਿੰਦੇ ਹਾਂ। ਜੀਰਾ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਪਹਿਲਾਂ ਹੀ ਪਾਉਣਾ ਹੁੰਦਾ ਤੇਲ 'ਚ ਸਾਰਾ ਕੁਛ ਪਾਉਣ ਤੋਂ ਪਹਿਲਾਂ, ਕਿਉਂਕਿ ਇਹਨੇ ਕੁੱਕ ਹੋ ਹੀ ਜਾਣਾ ਹੁੰਦਾ, ਜਿੰਨਾ ਟਾਈਮ ਮਸਾਲਾ ਭੁੱਜਣ ਨੂੰ ਲੱਗਦਾ ਉਨਾ ਟਾਈਮ 'ਚ ਜੀਰਾ ਚੰਗੀ ਤਰ੍ਹਾਂ ਭੁੱਜੀ ਜਾਂਦਾ। ਹਾਂਜੀ, ਹੁਣ ਮੈਂ ਨਮਕ ਐਡ ਕਰੂੰਗੀ ਇਹਦੇ 'ਚ, ਇੱਕ ਚਮਚਾ ਪਾ ਤਾ, ਦੋ ਦੋ ਚਮਚੇ ਪਾ ਤੇ ਜੀ ਨਮਕ ਦੇ, ਅਤੇ ਹੁਣ ਆਪਾਂ ਬਾਅਦ 'ਚੋਂ ਹਿਸਾਬ ਜੀ ਇਹਦੇ ਨਾਲ ਦੇਖ ਕੇ ਜਾਂ ਟੇਸਟ ਕਰਕੇ ਹੀ ਪਾਵਾਂਗੇ, ਜੇ ਆਪਾਂ ਨੂੰ ਲੋੜ ਹੋਈ ਤਾਂ ਨਮਕ ਦੀ, ਨਹੀਂ ਤਾਂ ਫਿਰ ਜ਼ਿਆਦਾ ਨਾ ਹੋ ਜਾਏ ਕਿਤੇ। ਚਲੋ ਜੀ, ਆਪਣਾ ਪਿਆਜ਼ ਹੁਣ ਭੁੱਜੂਗਾ ਇੱਥੇ, ਥੋੜ੍ਹਾ ਜਿਹਾ ਹਲਕਾ ਬਰਾਊਨ ਜਿਹਾ ਹੋ ਗਿਆ ਜਦੋਂ, ਫਿਰ ਆਪਾਂ ਉਹਦੇ 'ਚ ਲਸਣ ਦਾ ਜਿਹੜਾ ਪੇਸਟ ਆ ਉਹ ਐਡ ਕਰ ਦਾਂਗੇ। ਇੱਧਰ ਆਪਣੇ ਕਰੇਲੇ ਹੋ ਜਾਂਦੇ ਨੇ, ਕਰੇਲੇ ਨੂੰ ਆਪਾਂ ਚਿਮਟੇ ਦੀ ਹੈਲਪ ਨਾਲ ਫਲਿੱਪ ਕਰ ਦਾਂਗੇ ਸਾਈਡ ਦੇ ਲਈ,
ਆਪਾਂ ਦੀ ਸਾਰੀਆਂ ਸਾਈਡਸ ਐਵੇਂ ਫਲਿੱਪ ਕਰ ਕਰਕੇ ਕੁੱਕ ਕਰ ਲਾਂਗੇ ਚਾਰ ਚਪੀਰੇ। हाँ जी, एक पास आप छोटा जहा पैन ले लिया, ये आपको भुर्जी तैयार करा जोड़ा करेलिया का छिलका से वो आप उतार लिया जो करेले धोन तो बाद भी आप नमक ला के रखिया तो फिर इनू धो लिया छाननी बरीक छाननी के भुन लिया नहीं तो फिर विच दी निकल जाता क्योंकि बरीक दाने जो होंगे इनू भी आपल भुन लाँगे। सारा कुछ कट्ठा ही तैयार हो जूगा, ये आप भुजे हुए प्याज ऐड कर देंगे तो नमक मिर्च मसाला सारा पा देंगे तो जो करेले फ्राई हो जाएंगे उन्होंने भी आप मसाला भर देंगे। मसाला आप कट्ठा ही बना लिया एक थान से। करेले अपने फ्राई हो गए जी, इस तो बाद नहीं आप ज़्यादा नहीं इन्हों रड़ते क्योंकि फिर बड़े चीड़े जे हो जाते हैं तो काफ़ी चंगी तरह यह रड़ गए तो जितों जितों माड़ा माड़ा हरा जहा मैं लगता से साइडा जी तो वह मैं प्रेस कर करके इदा नप के इस तरह कुक कर लिया। तो हले कढ़ाई च ही पे रहेंगे, वैसे मैं स्टोव बंद करता। इधर प्याज भुज रहा अपना पिंक जहा हो गया तो हूँ ये आप मसाला ऐड कर दें जोड़ा अपना गार्लिक पेस्ट है, जिंजर गार्लिक पेस्ट जो जिंजर गार्लिक पेस्ट अपना भुज जूगा चंगी तरह तो फिर आप टमाटर पा देंगे ये मैं पहला रोंग पैन ले लिया काफ़ी डूंगा सीगा वो पता जहा नहीं लगता सी मैं पैन चेंज कर लिया। तो इधर आप जी भुर्जी सी उन्होंने भी चंगी तरह फ्राई कर लिया इस तरह की हो गई है तो ये जो आप प्याज पावे तो यह सॉफ्ट हो जू केरा तो आपको क्रंची जी लगेगी। हाँ जी, लसन भुज गया तो हूँ आप पा देंगे टमाटर जो आप कटिया डेढ़ क टमाटर से गया, ये छोटा ही सीगा तो बड़ा वड्डा साइज नहीं सी टमाटर का। टमाटर में थोड़ा जहा भुन के सेक लवा के तो फिर आप ऐड कर देना जी लून मिर्च मसाला। टमाटर भुज गया जी तो हुण इहदे च पावांगे नमक मिर्च। नमक आपां पहलां पा लिया सीगा तां करके पहलां हल्दी ते मिर्च पा दिंदे आ ते टेस्ट करके भी किन्ना आपां नूं होर चाहीदा जां चाहीदा नहीं होगा तो उस हिसाब नाल फिर आप बाद चों ऐड कर देंगे। इहनूं भुन लें फिर टेस्ट करके देखदे आ थोड़ा जिहा कि किवें आ। करेलिया मैं एक थाल च कढ लैनी हां जी, फिर हुण इहदे च क्योंकि फिलिंग करनी है तो बाद चों इसे पैन च ही दुबारा पा के तो 2 मिंट नूं सेक जिहा लवा लांगे। मसाला थोड़ा जिहा ठंडा कर लाँगे क्योंकि हले बहुत गर्म है ये। जदों मसाला आपां भर लिया उदू बाद तां बस थोड़े जिहे गर्म जिहे करने क्योंकि पए पए करेले ठंडे हो गए तो मसाला भी आपां थोड़ा ठंडा करके पावांगे तो उदू बाद जो आप वाले पैन च दुबारा पावांगे इन्हां नूं बस 1-2 मिनट जो गर्म हो गया अपन लगे भी गर्म हो गया तो फिर बस आप बंद कर देंगे स्टोव। हाँ जी, मसाला आप इस तरह चमचे नाल सारे करेलिया दे विच भर देना। जे तुहानू गर्म मसाले का टेस्ट करेलिया च वधिया लगता तो वह भी ऐड कर सकते हैं, अपना अपना टेस्ट है ते नहीं भी पसंद होंदा गर्म मसाला। मैं सिर्फ गर्म मसाला पेठी च ही पाँनी हूँ, मैं होर किसी सब्जी च नहीं पाँगी, मैं वह टेस्ट घट वधिया लगता तो करके मैं इस भी नहीं पाया। नाले आप ओवरफिल नहीं करते हैं क्योंकि फिर वह बाहर ही निकली जाता रहा मसाला, बस जिन्ना क नॉर्मल भी भर के बंद जहा हो जाए तो उन्ना की पावे। पहला जो इंडिया च बनते होंगे लॉन्ग टाइम पहला करेले तो उदों तो धागे लपेटते होंगे सके, हूँ तो मेरे ख्याल से लोग घट लपेटते हैं मसाला भर के उत्तों की धागा रैप कर देंगे सके। इस तरह करके आप सारे करेले फिल कर लेंगे।
ਕਰੇਲਿਆਂ 'ਚ ਮਸਾਲਾ ਭਰ ਲਿਆ ਜੀ। ਹੁਣ ਆਪਾਂ ਇਹਨਾਂ ਨੂੰ ਵਾਪਸ ਪੈਨ 'ਚ ਸ਼ਿਫਟ ਕਰ ਦਾਂਗੇ ਅਤੇ ਜਦੋਂ ਆਪਾਂ ਖਾਣੇ ਹੋਣਗੇ ਉਦੋਂ ਥੋੜ੍ਹਾ ਥੋੜ੍ਹਾ ਸੇਕ ਲਵਾ ਲਾਂਗੇ। ਮਸਾਲਾ ਥੋੜ੍ਹਾ ਬਹੁਤ ਤਾਂ ਨਿਕਲ ਵੀ ਜਾਂਦਾ ਪਰ ਉਹ ਹੋਰ ਭੁੱਜ ਜਾਂਦਾ, ਹੋਰ ਵੀ ਜ਼ਿਆਦਾ ਸਵਾਦ ਲੱਗਦਾ ਥੋੜ੍ਹਾ ਥੋੜ੍ਹਾ ਜਦੋਂ ਬਾਹਰ ਜੇ ਆ ਜਾਂਦਾ ਜੀ। ਅਤੇ ਹੁਣ ਜਿਹੜਾ ਆਪਣਾ ਮਸਾਲਾ ਬਚ ਗਿਆ ਇਹਨੂੰ ਆਪਾਂ ਭੁਰਜੀ ਦੇ ਵਿੱਚ ਪਾ ਦਾਂਗੇ। ਜੇ ਤੁਸੀਂ ਇਕੱਠਾ ਨਹੀਂ ਬਣਾਉਣਾ ਤਾਂ ਤੁਸੀਂ ਐਂ ਵੀ ਕਰ ਸਕਦੇ ਹੋ ਵੀ ਜਦੋਂ ਭੁਰਜੀ ਬਣਾਉਣੀ ਹੁੰਦੀ ਹੈ ਭੁਰਜੀ ਅਤੇ ਨਾਲ ਹੀ ਉਹਦੇ ਪਿਆਜ਼ ਕੱਟ ਕੇ ਇਕੱਠਾ ਪਾ ਕੇ ਇਕੱਠਾ ਭੁੰਨ ਲਓ। ਇੱਦਾਂ ਥੋੜ੍ਹਾ ਈਜ਼ੀ ਹੋ ਜਾਂਦਾ, ਟੇਸਟ ਤਾਂ ਉਹੀ ਸੇਮ ਹੀ ਆਉਂਦਾ ਇਹਦਾ ਵੀ। ਅਤੇ ਆਉਂਦਾ ਵੀ ਅਲੱਗ ਅਲੱਗ ਭੁੰਨਣ ਨਾਲੋਂ ਅਤੇ ਇਕੱਠਾ ਹੀ ਮਸਾਲਾ ਜਿਹੜਾ ਭੁੱਜਿਆ ਹੁੰਦਾ ਉਹ ਵਿੱਚ ਪਾ ਦੇਈਦਾ। ਹੁਣ ਉਹਨੂੰ ਜਮ੍ਹਾਂ ਮੀਡੀਅਮ ਦੇ ਉੱਤੇ ਰੱਖ ਕੇ ਇਸ ਤਰ੍ਹਾਂ ਐਡ ਕਰ ਲਿਆ। ਅਤੇ ਥੋੜ੍ਹਾ ਜਿਹਾ ਆਪਾਂ ਜਿਹੜਾ ਬਚੂਗਾ ਇਹਨੂੰ ਇਸ ਤਰ੍ਹਾਂ ਰੱਖ ਲਾਂਗੇ ਸਬਜ਼ੀ ਦੇ ਨਾਲ, ਰੋਟੀ ਦੇ ਉੱਤੇ ਰੱਖਿਆ ਜਾਂਦਾ, ਇਹ ਵੀ ਅਲੱਗ ਨਾਲ ਸਵਾਦ ਲੱਗਦਾ। ਅਤੇ ਇਹਨੂੰ ਆਪਾਂ ਮੀਡੀਅਮ 'ਤੇ ਰੱਖ ਕੇ ਥੋੜ੍ਹਾ ਜਿਹਾ, ਅਤੇ ਮੈਂ 2 ਮਿੰਟ ਢੱਕਣ ਦੇ ਦਿੰਦੀ ਹਾਂ ਅਤੇ ਸੋਫਟ ਹੋ ਜਾਣਾ ਨੇ। ਅਤੇ ਵਾਲਾਂ ਨੂੰ ਆਪਾਂ ਕੁੱਕ ਨਹੀਂ ਕਰਨਾ ਕਿਉਂਕਿ ਸਾਰਾ ਕੁਛ ਆਲਰੇਡੀ ਕੁੱਕ ਹੋਇਆ ਹੋਇਆ। ਅਤੇ ਹੁਣ ਆਪਣੇ ਜੀ ਕਰੇਲੇ ਬਣ ਗਏ, ਹੋਰ ਆਪਾਂ ਇਹਦੇ 'ਚ ਕੁਛ ਵੀ ਕੁੱਕ ਨਹੀਂ ਕਰਨਾ, ਸਾਰਾ ਕੁਛ ਰੈਡੀ ਹੈ। ਚਲੋ ਠੀਕ ਹੈ ਜੀ, ਹੁਣ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਨਾਲ ਜ਼ਰੂਰ ਕਮੈਂਟ 'ਚ ਸ਼ੇਅਰ ਕਰਿਓ। ਅਤੇ ਨਵੀਂ ਵੀਡੀਓ ਲੈ ਕੇ ਫਿਰ ਮਿਲਦੇ ਹਾਂ, ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਥੈਂਕ ਯੂ ਜੀ, ਬਾਏ ਬਾਏ।